राम राम दोस्तों, कैसे हो सब? उम्मीद है बहुत अच्छे होंगे मेरे भाई सब। भाई आज जो वीडियो डाल रहे हैं, ये वीडियो है चांदपुरा, फतेहाबाद में पड़ता है, अपने हरियाणा में ही। टूर्नामेंट अभी हुआ था जो 10 तारीख को, उसकी वीडियो है। मतलब इसमें ना सॉन्ग वगैरह प्ले हो रहे, तो इस वजह से थोड़ा एडिट करने में टाइम लग गया। और वीडियो बहुत काफी लंबी थी, मतलब मैच बहुत देर तक हुए हैं, तो उनमें से कुछ ऐसे पार्ट जो कट करने थे वो कट करके, और फिर भी उसके बाद भी बहुत लंबी होगी भाई वीडियो। मतलब पर वीडियो इतनी अच्छी है, एक सेकंड के लिए भी कहीं भी बोर नहीं होंगे आप। जिनको मतलब टोचन पसंद है, उनके लिए तो बहुत मजे वाली वीडियो होने वाली है। देखना आप, मतलब क्या पावर लगी है ट्रैक्टरों की, बहुत धमाकेदार टोचन हुए हैं भाई, एक से एक बढ़ के दम। बहुत मतलब किसी की टर्बो फटी है, किसी का इंजन सीज हुआ है, किसी का कुछ हो गया, किसी का कुछ हो गया, पर लोगों ने रेस पीछे नहीं की, आगे ही करके रखी है। देखना, बाकी तो आप हाइलाइट्स में आपने देख लिया होगा कि कितने जबरदस्त मैच हुए हैं। बाकी पूरी वीडियो देखोगे तो बहुत मजा आ जाएगा। वीडियो को अगेन बोल रहा हूँ, लाइक और कमेंट कर दिया करो, वीडियो कैसी लगती है। ठीक है दोस्तों, और अपना ध्यान भी रखा करो, आगे टूर्नामेंट जो होगा उसकी वीडियो भी आपके साथ शेयर करते रहेंगे। ठीक है, बाय बाय, देखो वीडियो। ਲੈ ਚਾਂਦਪੁਰੇ ਦਾ ਪਹਿਲਾ ਮੁਕਾਬਲਾ ਹੈ ਜੇਡੀਐਲਸੀ ਔਰ ਮਨਜੀਤ 52 ਦਾ ਸਹਿਯੋਗੀਰ ਇਹ ਟਰੈਕਟਰ ਨੇ ਪਾਏ ਨੇ। ਵੱਡੀ ਮੁਬਾਰਕਬਾਦ ਆ ਇਸ ਮੁੰਡੇ ਨੂੰ, ਕਹਿੰਦੇ ਪੂਰਾ ਮਹੀਨਾ ਚੜਿਆ ਇੱਕ ਤੋਂ ਦੋ ਬਣ ਗਏ ਇਹ ਸੀਪਾ ਬਰਾਦ ਨੂੰ, ਕਹਿੰਦੇ ਵਿਆਹ ਦੀ ਵੱਡੀ ਮੁਬਾਰਕਬਾਦ ਹੈ। ਪਰ ਦੂਜੇ ਪਾਸੇ ਵੇਖੀਏ ਜੀ, ਬਹੁਤ ਹੀ ਸ਼ਾਨਦਾਰ ਮੁਕਾਬਲੇ ਚੱਲ ਰਹੇ ਨੇ ਕਿ ਬਾਪੂ ਕਹਿੰਦਾ ਪੁੱਤਰ ਜੀ ਤੇਰੇ ਸਭ ਕਾ ਵੱਲੇ ਆ, ਪਰ ਕੀ ਕਰੀਏ ਬਾਪੂ ਜੀ ਸਾਡੇ ਦਿਲ ਹੀ ਝੱਲੇ ਆ। ਕਹਿੰਦਾ ਇਹ 7000 ਦੀ ਜੋੜੀ ਨੂੰ ਤੋਂ ਉਹ ਦਿਨਾਂ ਦੇ ਵਿੱਚ ਘਸਾਉਣਾ। ਕਹਿੰਦਾ ਕੋਈ ਗੱਲ ਨੀ ਬਾਪੂ ਜੀ ਤੇਰੇ ਉਹ ਪਿੰਡ ਦਾ ਨਾਚ ਮੰਗਾਉਣਾ। ਕਹਿੰਦਾ ਇੱਕ ਤਾਂ ਸਾਰਿਆਂ ਪਿੰਡਾਂ ਦੀ ਉਹ ਹੱਦ ਭੰਗ ਵੀ ਕਰੇ ਕਮਾਈ, ਕਿਸ ਵਿੱਚ ਰੱਖੀਏ ਸੋਚਿਆ ਬਾਪੂ ਉਹ ਖੁੱਲੇ ਨਵਾਂ ਲਾਈ। ਕਹਿੰਦਾ ਸਭ ਤੋਂ ਪਹਿਲਾਂ ਮੰਦਰ ਜਾ ਕੇ ਉਹ ਲੰਡੇ ਵਾਲੇ ਲਾਡੀ ਨੂੰ ਵੀ ਜਿਹੜਾ ਤੁਹਾਨੂੰ ਪੁੱਠੇ ਕੰਮਾਂ ਵਿੱਚ ਫਿਰਦਾ ਰੋਜ਼ ਭਜਾਈ, ਪਰ ਕਹਿੰਦੇ 2024 ਦੇ ਖੇਡ ਸੀਜ਼ਨ ਦਾ ਆ ਪਹਿਲਾ ਮੇਰੇ ਵੀਰੇ ਹਰਿਆਣੇ ਦੇ ਵਿੱਚ ਦੂਜੇ ਪਾਸੇ ਆਪਾਂ ਦੇਖੀਏ ਸਾਡੇ ਖੇਡ ਦੇ ਮੈਦਾਨ ਦੇ ਵਿੱਚ
ਵੱਲੋਂ ਵੱਖਰੀਆਂ ਹੋਈਆਂ ਤੇ ਉਹ ਸਾਹਮਣੇ ਉਸ ਵੇਲੇ 155 ਵਾਧਾ ਜਾ ਰਿਹਾ ਤੇ ਸਾਹਮਣੇ ਰੋਡ ਵੀ ਪੱਕਣੇ ਲੱਗਦਾ ਤੇ ਜੇਬੀਆਂ ਵਾਲਾ ਫਿਰ ਕੀ ਕਰਦਾ ਰਹੇਗਾ ਮੇਰ ਨੇ ਇੰਨੀ ਗੱਲ ਕਰੀ ਦੇ ਜੈ ਫਿਰ ਚੜਦਾ
ਅਸੀਂ ਤਾਂ ਇਹੋ ਜਿਹੇ ਤਰੀਕੇ ਨਾਲ ਨਾਮ ਬੁਲਾਉਂਦੇ ਹਾਂ ਤੇ ਕਾਹਨੂੰ ਸ਼ੇਰ ਦੋ ਛੇੜੇ ਸਤਾਰ ਬਣ ਜਾਂਦੇ ਜਿਹੜੇ ਵੀ ਖਿਡਾਰੀ ਵਾਢੀ ਮਿਹਨਤ ਲਗਾਉਂਦੇ ਨੇ
ਚੰਗੇ ਕੰਮ ਕਰੋ ਇਹ ਦੁਨੀਆਂ ਸਾਰੇ ਯਾਦ ਰੱਖਿਓ ਮਾਸਕ ਦਾ ਖਾਣਾ ਨਹੀਂ ਕੁੱਪਿਆਂ ਦੇ ਕਾਨਾਂ ਨੂੰ ਸੁੱਖੀ ਕਰਾਓ ਤੇ ਮੈਂ ਜੱਗ ਤੋਂ ਪਛਾਣ ਸਕਦਾ ਹੈਲੋ।
ਯਾਦਗਾਰ ਲਈ ਸਾਂਭ ਕੇ ਰੱਖਣੇ ਫੋਟੋ ਇਕੱਠੀਆਂ ਨੇ
ਦਰਖਤ ਦਿੰਦੇ ਆ ਸ਼ੀਸ਼ੇ ਕਰੇ ਦਿਖਾਵੇ ਨਹੀਂ ਹੁੰਦੇ, ਦਰਖਤ ਦਿੰਦੇ ਆ ਸ਼ੀਸ਼ੇ ਕਰੇ ਦਿਖਾਵੇ ਨਹੀਂ ਹੁੰਦੇ। ਆਹ ਟੱਕਰ ਖੇਡੀ ਆ ਜੋ ਲੱਗਿਆ ਪਿਆ ਖੇਡ ਮੈਦਾਨ ਦਾ ਕਿ ਕੌਣ ਜਿੱਤੂ ਕੌਣ ਹਾਰੂ ਸ਼ੱਕ ਤੇ ਹੋਈ ਹੈ। ਪਹਿਲਾ ਚਾਂਦ ਆਪਣੇ ਪੜ ਜਾਂਦਾ ਫਿਰ ਧੱਕ ਦੇ ਪੈਣੀ ਹੈ ਧੱਕ ਤੇ ਪੈਣੀ ਹੈ ਧੱਕ ਪਈ ਹੋਈ ਹੈ ਫਿਰ ਮੇਲਾ ਪੱਟਾ ਅਜੇ ਕਦੇ ਕਿਲਾ ਬਾਟਾ ਦੂਰ ਕਰਾਟੇ ਆਹ ਮੇਲੇ ਦੀਆਂ ਫੁਰਨੀਆਂ ਨੇ ਜਿਹੜੀ ਆਹ ਮੇਲੇ ਦੀਆਂ ਫੁਰਨੀਆਂ ਕਦੇ 55 ਉਧਰ ਨੂੰ ਖੇਡਦਾ ਕਦੇ 744 ਉਧਰ ਨੂੰ ਖੇਡਦਾ ਆਹ ਮੈਚ ਤੇ ਅਰੇ ਆ ਪਿਆ ਮੇਰੇ ਵੀਰੇ ਭੂਪਨੇ ਦੇ ਵਿੱਚ ਠਾਨੀ ਫਸੀ ਹੋਈ ਹੈ ਹੁਣ ਪਿੱਡੂ ਕੌਣ ਗੱਲਾਂ ਬਾਤਾਂ ਚੱਲੀ ਹੈ ਇੱਕ ਪਾਸੇ 855 ਦੂਜੇ ਪਾਸੇ 744 ਹੈ ਹਨੂਮਾਨ ਗੜ੍ਹ ਦੀ ਉਹ ਧਰਤੀ ਹੈ ਆਸਥਾ ਦੀ ਮੇਰੇ ਵੀਰੋ ਚਾਚੀਆਂ ਮਾਸੀਆਂ ਵਰਗਾ ਦਾ ਮਾਮਾ ਤੇ ਉਹਦੇ ਵਰਗਾ ਜਾ ਨਹੀਂ ਲੱਭਾ ਉਹ ਕੋਈ ਨੀ ਖਾਧਾ ਬਾਗ ਭਰਾਵਾਂ ਕੱਲੀ ਤੋੜੀ ਰਾ ਧੀ ਮਟਿਆਰ ਨੂੰ ਘਰੇ ਕਦੇ ਰੰਗ ਰਾਜੀਏ ਜੀ ਮਲੰਗ ਜਾ ਰਹੋ ਕਦੇ ਰੰਗ ਰਾਜੀਏ ਜੀ ਮਲੰਗ ਜਾ ਰਹੋ ਦੇਖਣਾ 744 ਬਣਾਉਣੇ ਪੈਂਦੇ ਆ ਮਿਹਨਤ ਦੇ ਨਾਲ ਮਾਂ ਪਿਓ ਨੌ ਰੱਖ ਦਿੰਦਾ
ਨਾ ਚਮਕਾਉਣ ਵਾਸਤੇ ਆਪ ਮਿਹਨਤ ਕਰਨੀ ਪੈਂਦੀ ਹੈ ਸਾਡੇ ਬੋਲੇ ਨਾਲ, ਨਾ ਨੂੰ ਨਹੀਂ ਬਣਦੇ ਮੇਰੇ ਵੀਰੇ। ਇਹ ਚੱਕਰਾਂ 'ਚ ਨਾ ਤੋਂ ਕੋਈ ਬਾਹਲਾ ਵੱਡਾ ਕੰਮ ਨਹੀਂ ਹੁੰਦਾ ਨਾਂ ਦਾ ਮੇਰੇ ਵੀਰੇ। ਸੱਚੇ ਪਾਤਸ਼ਾਹ ਆਪਣੀ ਨਾਂ ਜਾਣੀ ਜਾਣਾ ਬਹਿ ਗਏ ਕੌਣ ਜਿੱਤਦਾ ਕੌਣ ਹਰਦਾ ਹੈ ਦੁਨੀਆਂ ਨਾਲ ਦਵਾਉਂਦੀ ਹੈ ਮੇਰੇ ਪੰਜਾਬੀ ਜੀ ਨੂੰ ਲੱਗਿਆ ਪਿਆ ਜੋਰ ਕਈ ਬੱਲਿਆ ਕਈ ਸੁਰਤ ਜਵਾਨਾ ਮੇਰੀ ਵੀ ਚੱਕਰ ਹੈ ਇੱਕ ਪਾਸੇ 55 ਹਰ ਦੂਜੇ ਪਾਸੇ 44 ਹੈ ਚੱਕਰ ਭੇਖਣ ਜੋਰ ਹੈ ਟੱਕਰ 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 ਮੈਨੂੰ ਕੰਮ ਹੋਰ ਰਸੰਦਾ ਲੱਗਦਾ ਮੈਨੂੰ ਕੰਮ ਹੋਰ ਰਸੰਦਾ ਲੱਗਦਾ ਕੰਮ ਹੋ ਗਿਆ ਇਹਦੀ ਫੌਲ ਹੋ ਗਿਆ ਹੋਣਾ ਹੈ ਜਿਹੜਾ ਵਾਲਾ ਕੋਲ ਹੋਣੀ 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 ਹੈ ਜਿਹੜਾ ਵਾਲਾ ਕੋਲ ਹੋਣੀ
ਉੱਪਰ ਕਰਦੇ ਹੁੰਦੇ ਆ ਰੱਬ ਵੱਲ ਨੂੰ।